ਹਾਂਜੀ ਦੋਸਤੋ, ਅਬੋਹਰ ਕਿੰਨੂ ਮੰਡੀ ਦੇ ਵਿੱਚ ਪਹੁੰਚੇ ਹਾਂ ਅਤੇ ਕਿੰਨੂ ਲਗਭਗ ਵਿਕ ਚੁੱਕਿਆ ਅਤੇ ਅੱਜ ਦਾ ਕੀ ਰੇਟ ਰਿਹਾ ਤੁਹਾਨੂੰ ਜਾਣਕਾਰੀ ਇਸ ਵੀਡੀਓ ਦੇ ਵਿੱਚ ਦੇਵਾਂਗੇ। ਦੇਖ ਸਕਦੇ ਹੋ ਤੁਸੀਂ ਮੰਡੀ ਦੇ ਵਿੱਚ ਕਿੰਨੂ ਦੀ ਜਿਹੜੀ ਆਮਦ ਹੈ ਉਹ ਹੋਈ ਹੈ ਅਤੇ ਅੱਜ ਦੇ ਕੀ ਭਾਅ ਰਹੇ ਆ ਜਾਣਕਾਰੀ ਵੀ ਲਵਾਂਗੇ। ਤਾਂ ਜਿਹੜੇ ਜਿਹੜੇ ਵੀ ਵੀਰ ਜੁੜ ਰਹੇ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਵੀਰਾਂ ਤੱਕ ਆਪਣੀ ਜਾਣਕਾਰੀ ਹੈ ਜਿਹੜੀ ਉਹ ਪਹੁੰਚ ਸਕੇ। ਤਾਂ ਹੋਰ ਕਿੰਨੂ ਮੰਡੀ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਅੱਜ 8 ਜਨਵਰੀ 2024 ਦੇ ਭਾਅ ਕੀ ਰਹੇ ਹੈ ਉਹ ਜਾਣਕਾਰੀ ਇਸ ਵੀਡੀਓ ਦੇ ਵਿੱਚ ਮਿਲਣੀ ਹੈ ਤੁਹਾਨੂੰ। ਕਿੰਨੂ ਮੰਡੀ ਦੇ ਵਿੱਚ ਠੰਡ ਬਹੁਤ ਜ਼ਿਆਦਾ ਹੈਗੀ ਹੈ ਤਾਂ ਠੰਡ ਕਾਰਨ ਕਿਤੇ ਨਾ ਕਿਤੇ ਕਿੰਨੂ ਦੀ ਆਮਦ 'ਤੇ ਵੀ ਅਸਰ ਹੈ ਅਤੇ ਰੇਟ 'ਤੇ ਵੀ ਅਸਰ ਹੈ। ਤਾਂ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਮੰਡੀ ਦੇ ਵਿੱਚ ਕਿੰਨੂ ਕੀ ਭਾਅ ਜਿਹੜਾ ਉਹ ਵਿਕ ਰਿਹਾ। ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਵੀਰੋ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਤੱਕ ਜਿਹੜੀ ਆਪਣੀ ਜਾਣਕਾਰੀ ਹੈ ਉਹ ਪਹੁੰਚ ਸਕੇ। ਸੁਰਿੰਦਰ ਸਿੰਘ ਔਲਖ ਬਾਈ ਕਲਰਖੇੜਾ ਤੋਂ, ਪੱਟੀ ਸਦੀਕ ਤੋਂ ਬਾਈ, ਜਿਹੜੇ ਜਿਹੜੇ ਵੀ ਵੀਰ ਜੁੜ ਰਹੇ ਹੈ ਵੀਡੀਓ ਸ਼ੇਅਰ ਕਰੀ ਜਾਓ। ਅਤੇ ਠੰਡ ਦਾ ਜਿਹੜਾ ਮੌਸਮ ਹੈ ਉਹ ਲਗਾਤਾਰ ਵੱਧ ਰਿਹਾ। ਸਕੂਲਾਂ ਦੇ ਵਿੱਚ ਸਰਕਾਰ ਵੱਲੋਂ ਛੁੱਟੀਆਂ ਜਿਹੜੀਆਂ ਉਹ ਕਰ ਦਿੱਤੀਆਂ ਗਈਆਂ, ਸਕੂਲਾਂ 'ਚ ਛੁੱਟੀਆਂ ਹੋ ਚੁੱਕੀਆਂ ਨੇ ਅਤੇ ਅੱਜ ਦਾ ਜਿਹੜਾ ਭਾਅ ਹੈ ਉਹ ਕੀ ਰਿਹਾ ਉਹ ਜਾਣਕਾਰੀ ਤੁਹਾਨੂੰ ਦੇਵਾਂਗੇ। ਅਬੋਹਰ ਕਿੰਨੂ ਮੰਡੀ ਲਾਈਵ ਤੁਹਾਨੂੰ ਦਿਖਾ ਰਹੇ ਹਾਂ। ਇੱਧਰ 14 ਜਨਵਰੀ ਤੱਕ ਸਰਕਾਰ ਵੱਲੋਂ ਜਿਹੜੀਆਂ ਛੁੱਟੀਆਂ ਸਕੂਲਾਂ ਦੇ ਵਿੱਚ ਕਰ ਦਿੱਤੀਆਂ ਗਈਆਂ। ਗੁਰਮੇਲ ਸਿੰਘ ਮੌੜ ਵੀਰ ਸਾਡੇ ਪੱਟੀ ਸਦੀਕ ਤੋਂ, ਗੁਰਦੀਪ ਸਿੰਘ ਬਾਈ ਸਤਿ ਸ਼੍ਰੀ ਅਕਾਲ ਵੀਰ। ਤਾਂ ਕੀ ਰੇਟ ਵਿਕਿਆ? ਵਿਕਿਆ ਹੀ ਨਹੀਂ, ਵਿਕਿਆ ਹੀ ਨਹੀਂ। ਜਿਹੜਾ ਮਾਲ ਸਾਹਮਣੇ ਪਿਆ ਤੁਸੀਂ ਵੇਖ ਸਕਦੇ ਹੋ ਮੰਡੀ ਦੇ ਵਿੱਚ ਰੇਟ ਹੈ ਜਿਹੜਾ ਉਹ ਅੱਜ ਦਾ ਕੀ ਰਿਹਾ ਹੈ ਤੁਹਾਡੇ ਨਾਲ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕਰਾਂਗੇ ਵੀਰੋ। ਤਾਂ ਵੀਡੀਓ ਨੂੰ ਗੁਰਮੇਲ ਬਾਈ ਸ਼ੇਅਰ ਕਰ ਦਿਓ, ਸ਼ੇਅਰ ਜ਼ਰੂਰ ਕਰੋ। ਨਹੀਂ ਰੇਟ ਵੀ ਲੱਗਿਆ ਇਹਦਾ? ਨਹੀਂ ਲੱਗਿਆ, ਨਹੀਂ ਲੱਗਿਆ, ਨਹੀਂ ਲੱਗਿਆ, ਹਜੇ ਪੁੱਛਦਾ ਹੀ ਨਹੀਂ ਕੋਈ ਬਾਈ। ਕਹਿੰਦਾ ਭਰਾਵਾ ਪੁੱਛਦਾ ਹੀ ਨਹੀਂ ਗਾ ਕੋਈ, ਕਿੰਨੂ ਵੱਲ ਝਾਕਦੇ ਨਹੀਂ, ਘੱਟ ਰੇਟ ਦੇ ਤਾਂ ਭਾਵੇਂ ਝਾਕ ਲੈਣ। ਉੱਧਰ ਪੈਕਿੰਗ ਹੋ ਰਹੀ ਹੈ ਜਿਹੜੀ ਉਹ ਵੀ ਤੁਹਾਨੂੰ ਦਿਖਾਵਾਂਗੇ। ਇੱਧਰ ਤੋਲਾ ਜਿਹੜਾ ਕੰਮ ਹੈ ਉਹ ਚੱਲ ਰਿਹਾ ਤੁਲਾਈ ਦਾ। ਆਹ ਵੀਰੇ ਆ ਗਈ, ਆਹ ਆ ਗਈ ਮੇਰਾ ਵੀਰ। ਤਾਂ ਰਾਜਕਮਲ ਬਿਸ਼ਨੋਈ ਵੀਰ ਜੀ, ਦਵਿੰਦਰ ਭਾਦੂ ਵੀਰ ਜੀ, ਧੰਨਵਾਦ ਬਾਈ ਜੀ, ਗੁਰਦੀਪ ਸਿੰਘ। ਤਾਂ ਇੱਧਰ ਪੈਕਿੰਗ ਹੈ ਜਿਹੜੀ ਕਿੰਨੂ ਦੀ ਤੁਸੀਂ ਦੇਖ ਸਕਦੇ ਹੋ ਕੀਤੀ ਜਾ ਰਹੀ ਹੈ। ਰੇਟਾਂ ਦੇ ਵਿੱਚ ਪੈਕ ਕਰਕੇ ਜਿਹੜਾ ਮਾਲ ਹੈ ਬਾਹਰਲੀਆਂ ਮੰਡੀਆਂ ਦੇ ਵਿੱਚ ਉਹ ਭੇਜਿਆ ਜਾ ਰਿਹਾ। ਅਤੇ ਅੱਜ ਅਬੋਹਰ ਮੰਡੀ ਦੇ ਵਿੱਚ ਜਿਹੜੀ ਆਮਦ ਹੈ ਕਿੰਨੂ ਦੀ ਉਹ ਕਿਤੇ ਨਾ ਕਿਤੇ ਘੱਟ ਜਾਪ ਰਹੀ ਹੈ। ਤਾਂ ਅੱਜ ਦੇ ਰੇਟ ਕੀ ਰਹੇ ਹੈ? ਤਾਂ ਵੀਰੋ ਇੱਕ ਮੈਂ ਜਿਹੜਾ ਮਿਡ ਡੇ ਮੀਲ ਵਾਲੇ ਮਸਲੇ 'ਤੇ ਤੁਹਾਡੇ ਨਾਲ ਗੱਲ ਕਰ ਲਈਏ ਕਿ ਮਿਡ ਡੇ ਮੀਲ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਇੰਟਰਸਟ ਆ ਜਿਹੜਾ ਉਹ ਲੈ ਰਿਹਾ ਅਤੇ ਉਹਨਾਂ ਵੱਲੋਂ ਜਿਹੜੇ ਨਿਰਦੇਸ਼ ਆ ਹੇਠਾਂ ਜਾਰੀ ਕਰ ਦਿੱਤੇ ਗਏ ਆ ਕਿ ਇਹਦੇ ਸੰਬੰਧ ਵਿੱਚ ਆਪਾਂ ਕੀ ਕਰ ਸਕਦੇ ਹਾਂ ਵੀ ਜਿਹੜਾ ਕਿੰਨੂ ਹੈ ਇਹ ਵੀ ਮਿਡ ਡੇ ਮੀਲ ਦੇ ਵਿੱਚ ਦਿੱਤਾ ਜਾਵੇ। ਸੂਤਰਾਂ ਤੋਂ ਅਹਿਮ ਜਾਣਕਾਰੀ ਜਿਹੜੀ ਆਪਾਂ ਨੂੰ ਮਿਲੀ ਹੈ ਉਹ ਇਹ ਹੈ ਕਿ ਕਹਿੰਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਕਿਤੇ ਨਾ ਕਿਤੇ ਇੰਟਰਸਟਡ ਹੈਗੇ ਆ ਇਸ ਗੱਲ ਦੇ ਵਿੱਚ ਕਿ ਮਿਡ ਡੇ ਮੀਲ ਦੇ ਵਿੱਚ ਜਿਹੜਾ ਕਿੰਨੂ ਹੈ ਉਹ ਆਪਾਂ ਦੇ ਸਕਦੇ ਹਾਂ ਕਿ ਨਹੀਂ ਦੇ ਸਕਦੇ। ਤਾਂ ਉਹਨਾਂ ਵੱਲੋਂ ਜਿਹੜਾ ਇੰਟਰਸਟ ਹੈ ਪੈਦਾ ਕੀਤਾ ਗਿਆ ਹੈ ਵੀ ਇੰਟਰਸਟ ਵਿਖਾਇਆ ਗਿਆ। ਤਾਂ ਜੇਕਰ ਮੁੱਖ ਮੰਤਰੀ ਚਾਹੁਣ ਤਾਂ ਜਿਹੜਾ ਕਿੰਨੂ ਦਾ ਮਿਡ ਡੇ ਮੀਲ ਦੇ ਵਿੱਚ
ਉਹ ਦਿੱਤਾ ਜਾ ਸਕਦਾ ਹੈ ਅਤੇ ਮੁੱਖ ਮੰਤਰੀ ਵੱਲੋਂ ਇਸ ਸੰਬੰਧ ਦੇ ਵਿੱਚ ਰੁਚੀ ਹੈ ਜਿਹੜੀ ਉਹ ਦਿਖਾਈ ਗਈ ਹੈ ਅਤੇ ਹੁਣ ਜਿਹੜਾ ਇਸ ਸੰਬੰਧ ਦੇ ਵਿੱਚ ਲਗਾਤਾਰ ਜਿਹੜਾ ਕੰਮ ਹੈ ਉਹ ਹੋ ਰਿਹਾ ਕਿਉਂਕਿ ਉੱਧਰੋਂ ਸਕੂਲਾਂ ਦੇ ਵਿੱਚ ਛੁੱਟੀਆਂ ਹੋ ਗਈਆਂ 14 ਜਨਵਰੀ ਤੋਂ ਬਾਅਦ ਉਮੀਦ ਜਿਤਾਈ ਜਾ ਰਹੀ ਹੈ ਕਿ ਇਸ ਮਸਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਫੈਸਲਾ ਜ਼ਰੂਰ ਲੈਣਗੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਕਈ ਦਿਨਾਂ ਤੋਂ ਜਿੱਥੇ ਛੁੱਟੀਆਂ ਦਾ ਚੱਲ ਰਿਹਾ ਸੀ ਵੀ ਛੁੱਟੀਆਂ ਹੋਣ ਠੰਡ ਬਹੁਤ ਜ਼ਿਆਦਾ ਪੈ ਰਹੀ ਸੀ ਤਾਂ ਉਹਦੇ 'ਤੇ ਵੀ ਜਿਹੜਾ ਵੱਡਾ ਫੈਸਲਾ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲਿਆ ਗਿਆ ਸੀ ਅਤੇ ਹੁਣ ਇਹਦੇ 'ਚ ਵੀ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜਾ ਮਿਡ ਡੇ ਮੀਲ 'ਤੇ ਫੈਸਲਾ ਉਹ ਵੀ ਮੁੱਖ ਮੰਤਰੀ ਲੈ ਸਕਦੇ ਹੈ। ਮੁੱਖ ਮੰਤਰੀ ਵੱਲੋਂ ਇਸ ਸੰਬੰਧ ਦੇ ਵਿੱਚ ਜਿਹੜੀ ਚਾਰਾਜੋਈ ਉਹ ਸ਼ੁਰੂ ਕਰ ਦਿੱਤੀ ਗਈ ਹੈ, ਅਹਿਮ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਅਤੇ ਹਾਲੇ ਵੀ ਜਿਹੜੀ ਮਿਡ ਡੇ ਮੀਲ ਵਾਲੀ ਆਪਣੀ ਆਸ ਹੈ ਵੀ ਕਿੰਨੂ ਜੇ ਮਿਡ ਡੇ ਮੀਲ ਦੇ ਵਿੱਚ ਲਾਗਤ ਹੁੰਦੀ ਹੈ ਤਾਂ ਕਿੰਨੂ ਵਾਲੇ ਜਿਹੜੇ ਬਾਗਬਾਨ ਵੀਰ ਹੈ ਉਹਨਾਂ ਦੀ ਜਿਹੜਾ ਫਾਇਦਾ ਹੋ ਸਕਦਾ ਹੈ। ਤਾਂ ਇਸ ਸੰਬੰਧ ਦੇ ਵਿੱਚ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰੁਚੀ ਵਿਖਾਈ ਗਈ ਹੈ ਤਾਂ ਫੈਸਲਾ ਕੀ ਹੁੰਦਾ ਆਉਣ ਵਾਲੇ ਦਿਨਾਂ 'ਚ, ਕਿਉਂਕਿ 14 ਜਨਵਰੀ ਤੱਕ ਪੰਜਾਬ ਦੇ ਸਕੂਲ ਹੈ ਜਿਹੜੇ ਬੰਦ ਕਰ ਦਿੱਤੇ ਗਏ ਹੈ, ਛੁੱਟੀਆਂ ਕਰ ਦਿੱਤੀਆਂ ਗਈਆਂ ਕਿਉਂਕਿ ਠੰਡ ਬਹੁਤ ਜ਼ਿਆਦਾ ਪੈ ਰਹੀ ਸੀ। ਤਾਂ ਅਜਿਹੇ ਵਿੱਚ ਜਿਹੜਾ ਮਿਡ ਡੇ ਮੀਲ ਦਾ ਫੈਸਲਾ ਵੀ ਮੁੱਖ ਮੰਤਰੀ ਵੱਲੋਂ ਕੀਤਾ ਜਾਣਾ। ਕਿਰਤਪਾਲ ਸਿੰਘ ਬਾਈ ਧੰਨਵਾਦ ਜੀ, ਆਹ ਤੁਸੀਂ ਵੇਖ ਸਕਦੇ ਹੋ ਕਿੰਨੂ ਦੀ ਕੁਆਲਿਟੀ ਹੈ ਜਿਹੜੀ ਉਹ ਕਿਸ ਲੈਵਲ ਦੀ ਹੈ। ਆਹ ਕੀ ਰੇਟ ਵਿਕਿਆ ਵੀਰੇ? ਆਹ ਕੀ ਰੇਟ ਵਿਕਿਆ ਵਿਕਿਆ ਨੀ ਜਿਹੜਾ ਵਧੀਆ ਕੁਆਲਿਟੀ ਵਾਲਾ ਕਿੰਨੂ? ਕਹਿੰਦੇ ਹਾਲੇ ਤੱਕ ਵਿਕਿਆ ਨੀਗਾ, ਪਿਆ ਹੈ, ਤੁਸੀਂ ਦੇਖ ਸਕਦੇ ਹੋ ਬੜਾ ਚਮਕਦਾਰ ਕਿੰਨੂ ਹੈ ਜਿਹੜਾ ਉਹ ਹਾਲੇ ਤੱਕ ਮੰਡੀ ਦੇ ਵਿੱਚ ਵਿਕਿਆ ਨਹੀਂ। ਲਾਈਵ ਤਸਵੀਰਾਂ ਤੁਹਾਨੂੰ ਅਬੋਹਰ ਕਿੰਨੂ ਮੰਡੀ ਤੋਂ ਮਲੇਸ਼ੀਆ 'ਚ ਜੁੜੇ ਆ ਸ਼ਮਸ਼ੇਰ ਜਾਖੜ। ਅੱਜ ਦਾ ਜਿਹੜਾ ਰੇਟ ਹੈ, ਕੀ ਰੇਟ ਵਿਕਿਆ ਅੱਜ ਕਿੰਨੂ? ਕੀ ਰੇਟ ਹੈ? 10 ਰੁਪਏ ਤੱਕ, 10-10.5 ਤੱਕ ਬਾਈ ਕਹਿੰਦਾ ਲਾਸਟ ਜਿਹੜਾ ਕਿੰਨੂ ਹੈ ਅੱਜ ਉਹ ਮੰਡੀ ਦੇ ਵਿੱਚ ਵਿਕਿਆ। ਵੀਰੋ ਤਾਂ ਗੱਲਬਾਤ ਵੀ ਕਰਾਂਗੇ ਆਪਾਂ, ਪੂਰੀ ਜਾਣਕਾਰੀ ਹੈ ਜਿਹੜੀ ਹੋਰ ਵੀਰਾਂ ਤੋਂ ਵੀ ਲੈਂਦੇ ਹਾਂ। ਅਬੋਹਰ ਕਿੰਨੂ ਮੰਡੀ ਦੇ 8 ਜਨਵਰੀ 2024 ਦੇ ਜਿਹੜੇ ਭਾਅ ਉਹ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਅੱਜ ਦਾ ਜਿਹੜਾ ਭਾਅ ਸ਼ੇਅਰ ਕਰੀਏ ਉਹ ਵੀਰੋ ਵੀਡੀਓ, ਇੱਧਰ ਪੈਕਿੰਗ ਹੈ ਜਿਹੜੀ ਦੇਖੋ ਤੁਸੀਂ ਕਿੰਨੂ ਦੀ ਪੈਕਿੰਗ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਅਤੇ ਜਿਹੜੇ ਜਿਹੜੇ ਵੀ ਵੀਰ ਜੁੜ ਰਹੇ ਹੈ ਆਸ ਜਿਹੜੀ ਮਿਡ ਡੇ ਮੀਲ ਵਾਲੀ ਵੀ ਹਾਲੇ ਕਿਤੇ ਨਾ ਕਿਤੇ ਖੜ੍ਹੀ ਹੈ। ਤਾਂ ਇੱਧਰ ਬਾਈ ਕਿੰਨੂ ਲੈ ਕੇ ਆਇਆ? ਕਿੰਨੂ ਲੈ ਕੇ ਆਇਆ ਜੀ? ਵਿਕਿਆ ਵਿਕਿਆ ਕਿਹੜਾ ਕਿੰਨੂ? ਹਾਂ ਬਾਈ ਕਹਿੰਦਾ ਹਾਲੇ ਨਹੀਂ ਵਿਕਿਆ ਗਾ। ਵੈਸੇ ਕੀ ਰੇਟ ਵਿਕਿਆ ਅੱਜ? ਰੇਟ ਕੀ ਵਿਕਿਆ ਕਿੰਨੂ ਵੈਸੇ? ਅਸੀਂ ਤਾਂ ਜੀ ਲੇਟ ਹੋ ਗਏ, ਹੁਣੇ ਆ ਕੇ ਖੜੇ ਆ। ਅੱਛਾ, ਹੁਣੇ ਆਏ? ਬਾਈ ਕਹਿੰਦਾ ਲੇਟ ਹੋ ਗਏ ਸ਼ਾਇਦ ਤਾਂ ਨਹੀਂ ਵਿਕਿਆ। ਤਾਂ ਮੰਡੀ ਦੇ ਵਿੱਚ ਜਿਹੜਾ ਕਿੰਨੂ ਹੈ ਉਹ ਕੀ ਰੇਟ ਵਿਕਿਆ, ਪੂਰੀ ਜਾਣਕਾਰੀ ਜਿਹੜੀ ਆਪਾਂ ਉਹ ਲਵਾਂਗੇ। ਤਾਂ ਸ਼ੇਅਰ ਕਰੀਏ ਉਹ ਵੀਰੋ ਮੰਡੀ 'ਚ, ਤੁਸੀਂ ਦੇਖ ਸਕਦੇ ਹੋ ਕਿੰਨੂ ਦੀ ਆਮਦ ਹੈ ਜਿਹੜੀ ਉਹ ਪਹਿਲਾਂ ਦੇ ਮੁਕਾਬਲੇ ਜਿਹੜੀ ਅੱਜ ਘਟੀ ਜਾਪ ਰਹੀ ਹੈ। ਅੱਜ ਦੇ ਜਿਹੜੇ ਭਾਅ ਹੈ ਉਹ ਕੀ ਰਹੇ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ। ਬੋਲੀ ਹੈ ਜਿਹੜੀ ਇੱਧਰ ਚੱਲ ਰਹੀ ਹੈ ਕਿੰਨੂ ਮੰਡੀ ਦੇ। ਕੀ ਰੇਟ ਲੱਗਿਆ ਵੇਗਿਆ? ਉਹ ਕੀ ਰੇਟ ਵਿਕਿਆ? ਕੀ ਰੇਟ ਲੱਗਿਆ? ਹੈ 6 ਰੁਪਈਏ ਲਾਇਆ ਬਾਈ ਦਾ ਕਿੰਨੂ ਦਾ ਰੇਟ? ਇੱਧਰ ਇੱਕ ਮਿੰਟ ਆਈ ਯਾਰ, 6 ਰੁਪਇਆ ਕਿੰਨੂ ਦਾ ਰੇਟ ਲਾਇਆ ਵੀਰੋ, ਸ਼ੇਅਰ ਕਰੀਏ ਉਹ ਜਿਹੜੇ ਵੀਰ ਵੀ। ਤਾਂ ਅੱਜ ਦਾ ਜਿਹੜਾ ਰੇਟ ਹੈ ਉਹ ਕੀ ਰਿਹਾ ਹੈ ਜਾਣਕਾਰੀ ਲਵਾਂਗੇ ਆਪਾਂ। ਬਾਈ ਜੀ ਕਹਿੰਦੇ ਮੰਦਾ ਬੜਾ ਚੱਲ ਰਿਹਾ ਜੀ ਅੱਜ।
ਉੱਚੀ ਬੋਲਿਓ ਮੈਂ ਆਇਆ। ਮੈਂ ਕਿਹਾ ਵੀ ਅੱਜ ਕਹਿੰਦੇ ਮੰਦਾ ਚੱਲ ਰਿਹਾ। ਹਾਂ ਮੰਦਾ ਚੱਲ ਰਿਹਾ ਜੀ, ਥੋੜ੍ਹਾ ਜਿਹਾ ਚੰਗੇ ਮਾਲ ਤਾਂ ਵਿਕੇ ਜੀ, 8 ਰੁਪਏ ਤੋਂ ਲੈ ਕੇ 12 ਰੁਪਏ ਤੱਕ ਮਾਲ ਵਿਕੇ ਅੱਜ। ਠੀਕ ਹੈ। ਤੇ ਚੰਗੇ ਮਾਲ ਜਿਹੜੇ ਸੀ ਉਹ 10-12 ਵਿਕੇ ਜੀ। ਤੇ 4-5 ਵਾਲੇ ਵਿਕੇ ਨੇ ਮਾਲ ਜਿਹੜੇ ਆ ਉਹ 7-8 ਰੁਪਏ ਦੀ ਰੇਂਜ ਤੇ 4-5 ਵਾਲੇ ਵਿਕੇ ਕਿ ਨਹੀਂ? 4-5 ਹਰੇ ਮਾਲ ਜਾਂ ਗੋਲੀ ਇਹ ਸਾਈਜ਼ ਦੇ ਮਾਲ ਆ ਉਹ ਨਹੀਂ ਵਿਕ ਰਹੇ। ਦਿੱਲੀ ਬਹੁਤ ਡਾਊਨ ਚੱਲ ਰਹੀ ਹੈ, ਉਸ ਕਰਕੇ ਮਾਲ ਵਿਕ ਰਹੀ ਹੈ। ਇਕੱਲੇ ਉੱਥੇ ਵਿਕਦੇ ਮਾਲ ਜਿਹੜੇ ਅੱਛਾ, ਵਧੀਆ ਕੁਆਲਿਟੀ ਵਾਲਾ ਵਿਕ ਰਿਹਾ? ਵਧੀਆ ਕੁਆਲਿਟੀ ਵਾਲਾ ਮਾਲ ਵਿਕ ਰਿਹਾ। ਤੇ ਜਿਹੜਾ ਉਹ ਪੱਤਾ ਕਟਿੰਗ ਆ ਉਹ ਵਿਕਦਾ ਕਿ ਦੂਸਰਾ ਵਿਕ ਰਿਹਾ? ਦੋਨੋਂ ਵਿਕ ਰਹੇ ਜੀ, ਪੱਤਾ ਕਟਿੰਗ ਵੀ ਵਿਕੀ ਜਾਂਦਾ ਤੇ ਬਟਨ ਕਟ ਵੀ ਵਿਕ ਰਹੇ ਜੀ। ਕੁਆਲਿਟੀ ਚੰਗੀ ਹੈ ਮਾਲ ਦੇ, ਉਹ ਮਾਲ ਜਿਹੜੇ 10 ਤੋਂ ਲੈ ਕੇ 12 ਦੇ ਪੋਜੀਸ਼ਨ ਤੇ। ਬਾਕੀ ਮੌਸਮ ਖੁੱਲਿਆ ਤਾਂ ਉਮੀਦ ਹੈ? ਬਾਕੀ ਮੌਸਮ ਖੁੱਲੇ ਪਏ ਤਾਂ ਅੱਜ ਦਾ ਜਿਹੜਾ ਰੇਟ ਆ ਵੀਰੋ ਤੁਹਾਨੂੰ ਦਿਖਾ ਦਈਏ ਕਿ ਇਹਦਾ ਰੇਟ ਜਿਹੜਾ 6 ਰੁਪਏ ਲਾਇਆ, 6 ਰੁਪਏ ਲਾਇਆ ਬਾਈ, 6.5 ਰੁਪਏ ਵਿਕ ਗਿਆ ਮੀਡੀਅਮ ਮਾਲ, 6.5 ਰੁਪਏ ਲੈ ਲਿਆ। ਦੇਤਾ ਬਾਈ, ਦੇਤਾ ਬਾਈ ਨੇ 6.5 ਰੁਪਏ ਕਿੰਨੂ ਹੈ ਜਿਹੜਾ ਮੰਡੀ ਦੇ ਵਿੱਚ ਆ ਮੀਡੀਅਮ ਸਾਈਜ਼ ਹੈ ਜਿਹੜਾ ਇਹ ਵਿਕ ਗਿਆ, ਕਰੇਟਾਂ ਭਰਨ ਲੱਗ ਗਿਆ ਬਾਈ। ਤਾਂ ਅੱਜ ਦੇ ਜਿਹੜੇ ਭਾਅ ਹੈ ਵੀਰੋ ਉਹ 10.5-11 ਰੁਪਏ ਮੰਡੀ ਦੇ ਵਿੱਚ ਜਿਹੜਾ ਕਿੰਨੂ ਹੈ ਉਹ ਵਿਕਿਆ। ਅਬੋਹਰ ਕਿੰਨੂ ਮੰਡੀ ਤੋਂ ਲਾਈਵ ਤੁਸੀਂ ਜੁੜੇ ਹੋਏ ਹੋ, ਜਿੰਨੇ ਵੀ ਵੀਰ ਜੁੜੇ ਹੈ ਅਵਾਰਾ ਪਸ਼ੂਆਂ ਦੀ ਦੇਖ ਸਕਦੇ ਹੋ ਤੁਸੀਂ, ਭਰਮਾਰ ਹੈ ਮੰਡੀ 'ਚ, ਬਹੁਤ ਜ਼ਿਆਦਾ ਅਵਾਰਾ ਪਸ਼ੂ ਹੈ। ਤਾਂ ਅੱਜ ਦਾ ਜਿਹੜਾ ਭਾਅ ਹੈ ਮੰਡੀ 'ਚ ਉਹ 4 ਰੁਪਏ ਤੋਂ ਲੈ ਕੇ 11 ਰੁਪਏ ਤੱਕ ਜਿਹੜਾ ਕਿੰਨੂ ਹੈ ਉਹ ਵਿਕਿਆ। ਲਗਭਗ ਮਾਲ ਹੈ ਜਿਹੜਾ ਉਹ ਵਿਕ ਚੁੱਕਿਆ ਹੈ, ਠੰਡ ਬਹੁਤ ਜ਼ਿਆਦਾ ਪੈ ਰਹੀ ਹੈ, ਦੇਖ ਸਕਦੇ ਤੁਸੀਂ ਕੁਆਲਿਟੀ ਜਿਹੜਾ ਵਿਕਿਆ ਵਿਕਿਆ ਨਹੀਂ, ਕਈ ਮਾਲ ਤਾਂ ਹਲੇ ਅਣਵਿਕਿਆ ਵੀ ਪਿਆ ਹੋਇਆ। ਤਾਂ ਕਿਤੇ ਨਾ ਕਿਤੇ ਜਿਹੜੀ ਰੇਟ ਵਾਲੇ ਪਾਸਿਓਂ ਮਾਰ ਹੈ ਉਹ ਕਿਸਾਨਾਂ ਨੂੰ ਪੈ ਰਹੀ ਹੈ, ਲਾਈਵ ਤੁਹਾਨੂੰ ਦਿਖਾ ਰਹੇ ਹਾਂ। ਆਹ ਕੀ ਰੇਟ ਵਿਕਿਆ ਯਾਰ? 3 ਰੁਪਏ ਕਿਲੋ ਜਿਹੜਾ ਕਿੰਨੂ ਆ ਦੇਖ ਲਓ, ਛੋਟਾ ਸਾਈਜ਼ ਹੈ ਬਿਲਕੁਲ, 3 ਰੁਪਏ ਵਿਕਿਆ ਇਹ। ਹੁਣ 3 ਰੁਪਏ 'ਚੋਂ ਬਈ ਕੀ ਕੱਢ ਲਓਗੇ? ਤਾਂ ਹਾਂਜੀ 8 ਰੁਪਏ ਲੱਗਿਆ ਜੀ ਆਪਣਾ। 8 ਵਿਕਿਆ? ਹਾਂਜੀ। ਕਿਹੜਾ ਪਿੰਡ ਹੈ? ਮੇਰਾ ਦਾਨੇ ਵਾਲਾ ਜੀ, ਇਹ ਵਿਨੋਦ ਨੋਖਵਾਲ ਦਾ ਠੇਕੇਦਾਰ ਧਰਮਪੁਰੇ ਦਾ। ਅੱਛਾ, ਉਹਦਾ ਜੀ। ਤੇ ਇਹ ਰੇਟ ਡਾਊਨ ਚੱਲ ਰਹੇ? ਬਹੁਤ ਡਾਊਨ ਹੋਇਆ ਪਿਆ ਜੀ, ਠੰਡ ਕਰਕੇ। 10-11 ਰੁਪਏ ਤੱਕ ਹੀ ਵਿਕਦਾ ਉਹਦਾ ਜਿਹੜਾ ਸਿਰਾ ਨਾ ਜੀ, ਜਮਾਂ ਰੰਗੀਨ ਮਾਲ ਵਧੀਆ ਜਿਹੜਾ, ਆਹ ਜ਼ਰੂਰ 10 ਰੁਪਏ ਵਿਕਦਾ, ਬਾਕੀ ਥੋੜ੍ਹਾ ਜਿਵੇਂ ਗਦਰਾ ਜਾਂ ਇਹ 8 ਰੁਪਏ 8.5 ਤਾਂ ਹੀ ਵਿਕਦਾ ਜੀ। ਅੱਛਾ, ਆਹ ਬਾਈ ਲੈ ਕੇ ਆਇਆ ਮਾਲ, ਕਹਿੰਦਾ ਬਾਈ 8.5 ਰੁਪਏ ਵਿਕਿਆ ਬਾਈ ਦਾ ਕਿੰਨੂ, ਤੁਸੀਂ ਵੇਖ ਸਕਦੇ ਹੋ। ਹਾਂਜੀ, ਕਿੱਦਾਂ ਦਾ ਕਿੰਨੂ, ਕਿੰਨੇ ਕਰੇਟ ਹੈ ਇਹ? 101 ਆ ਜੀ। 101 ਕਰੇਟ, 8.5 ਰੁਪਏ, ਉਹ 10-10 ਰੁਪਏ ਕਿੰਨੂ ਹੈ ਜਿਹੜਾ ਛੋਟਾ ਵਿਕਿਆ ਨਹੀਂ ਆ, 4 ਕਰੇਟਾਂ। ਅੱਛਾ, ਜਿਹੜਾ ਛੋਟਾ ਕਿੰਨੂ ਹੈ ਇਹ ਮੰਡੀ ਦੇ ਵਿੱਚ ਆਇਆ, ਵਿਕਿਆ ਨਹੀਂ ਗਾ। ਲਖਵੀਰ ਸਿੰਘ ਭੁੱਲਰ ਸਾਹਿਬ ਧੰਨਵਾਦ ਬਾਈ ਜੀ। ਬਿਲਕੁਲ ਬਾਈ ਜੀ, ਰੇਟ ਆ ਜਿਹੜਾ ਬਿਲਕੁਲ ਡਾਊਨ ਹੈ ਜਿਹੜਾ ਮੰਡੀ 'ਚ ਚੱਲ ਰਿਹਾ, ਕਿਉਂਕਿ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ, ਉਹਦੇ ਕਰਕੇ ਕਹਿ ਰਿਹਾ ਵੀ ਕਿਤੇ ਨਾ ਕਿਤੇ ਅਸਰ ਹੈ ਜਿਹੜਾ ਉਹ ਰੇਟ 'ਤੇ ਪੈ ਰਿਹਾ। ਤਾਂ ਰੰਗੀਨ ਦੇ ਨਾਲ ਹਰਾ ਮਾਲ ਹੈ, ਛੋਟੀ ਗੋਲੀ ਹੈ, ਉਹ ਵੀ ਜਿਹੜਾ ਮਾਲ ਮੰਡੀ ਦੇ ਵਿੱਚ ਆ ਰਿਹਾ ਤੁਹਾਨੂੰ ਦਿਖਾ ਰਹੇ ਹਾਂ। ਤਾਂ ਮਿਡ ਡੇ ਮੀਲ ਵਾਲੀ ਜਿਹੜੀ ਆਸ ਹੈ ਉਹ ਕਿਤੇ ਨਾ ਕਿਤੇ ਹਲੇ ਜਾਗਦੀ ਹੈ। ਕਰਨਵੀਰ ਜਾਖੜ, ਬਹੁਤ ਮਾੜਾ ਹਾਲ ਹੈ ਕਿੰਨੂ ਮੰਡੀ ਦਾ। ਬਿਲਕੁਲ ਬਾਈ, ਕਿਉਂਕਿ ਆਪਾਂ ਜਿਵੇਂ ਅੱਗੇ ਵੀ ਗੱਲ ਕਰਦੇ ਹਾਂ ਕਿ ਜੇਕਰ ਕਿੰਨੂ ਦਾ ਜਿਹੜਾ ਜਾਂ ਫਸਲਾਂ ਦੇ ਭਾਅ ਕਿਸਾਨਾਂ ਨੂੰ ਪੂਰੇ ਨਹੀਂ ਮਿਲਣਗੇ ਤਾਂ ਕਿਸਾਨ ਖੁਸ਼ਹਾਲ ਹੈ ਜਿਹੜੇ ਉਹ ਕਿਵੇਂ ਹੋ ਸਕਦੇ ਆ। ਤਾਂ ਇਸ ਲਈ ਜ਼ਰੂਰੀ ਹੈ ਵੀ ਕਿਸਾਨਾਂ ਨੂੰ ਜਿਹੜਾ ਰੇਟ ਹੈ ਉਹ ਪੂਰਾ ਮਿਲਣਾ ਚਾਹੀਦਾ ਬਾਈ। ਸੇਵਕ ਬੈਣੀਵਾਲ ਜੀ ਕਹਿ ਰਿਹਾ ਕਿ ਹੋਰ ਮੰਡੀਆਂ ਦੇ ਵਿੱਚ ਜਿਹੜਾ ਕਿੰਨੂ ਉਹ ਤੇਜ਼ ਆ, ਆਪਣੇ ਘੱਟ ਹੈ। ਜਤਿੰਦਰ ਕੰਬੋਜ ਜੀ, ਸੰਦੀਪ ਕੰਬੋਜ ਜੀ, ਬਲਦੇਵ ਰਾਏ ਸਾਹਿਬ ਜੀ, ਸ਼ਮਸ਼ੇਰ ਜਾਖੜ ਜੀ, ਮਲੇਠੀਆ ਜੀ, ਕਿਰਤਪਾਲ ਸਿੰਘ ਮਾਨ ਜੀ, ਨਿਹੱਤਰ ਸਿੰਘ, ਧਰਮਿੰਦਰ ਭੁੱਲਰ ਜੀ, ਜਿਹੜੇ ਜਿਹੜੇ ਵੀ ਵੀਰ ਜੁੜੇ ਆ ਧੰਨਵਾਦ ਕਰਦੇ ਹਾਂ ਉਹਨਾਂ ਦਾ। ਤਾਂ ਵੀਰੋ, ਜਿਹੜੀ ਮਿਡ ਡੇ ਮੀਲ ਵਾਲੀ ਆਸ ਹੈ ਆਪਣੀ ਉਹ ਹਲੇ ਜਾਗ ਰਹੀ ਹੈ, ਆਸ ਹਲੇ ਹੈਗੀ ਹੈ, ਕਿਉਂਕਿ ਮੁੱਖ ਮੰਤਰੀ ਵੱਲੋਂ ਕਹਿੰਦੇ
ਰੁਚੀ ਵਿਖਾਈ ਗਈ ਹੈ ਉਸ ਮਾਮਲੇ ਦੇ ਵਿੱਚ, ਤਾਂ ਜੇਕਰ ਮੁੱਖ ਮੰਤਰੀ ਚਾਹੁਣ ਤਾਂ ਕੁਛ ਵੀ ਜਿਹੜਾ ਸੰਭਵ ਹੈ ਹੋ ਸਕਦਾ ਹੈ, ਤਾਂ ਉਹ ਕਿਤੇ ਨਾ ਕਿਤੇ ਉਮੀਦ ਹੈ ਜਿਹੜੀ ਉਹ ਜਾਗ ਰਹੀ ਹੈ। ਤਾਂ ਅਬੋਹਰ ਕਿੰਨੂ ਮੰਡੀ ਤੋਂ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਅੱਜ 8 ਜਨਵਰੀ 2024 ਦੇ ਜਿਹੜੇ ਭਾਅ ਹੈ ਉਹ ਕੀ ਰਹੇ ਹੈ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਤਾਂ ਮੰਡੀ ਦੇ ਵਿੱਚ ਜਿਹੜੇ ਵੀਰ ਆਏ ਹੈ ਉਹ ਅੱਗ ਸੇਕ ਰਹੇ ਆ, ਅੱਗ ਬਾਲ ਕੇ। ਤਾਂ ਕੱਲ੍ਹ ਇੱਕ ਬੱਲੂਆਣੇ ਦੇ ਵਿੱਚ ਬੜੀ ਮੰਦਭਾਗੀ ਘਟਨਾ ਵੀ ਵਾਪਰੀ ਹੈ, ਜਿੱਥੇ ਇੱਕ ਮਾਸੀ ਕੋਲ ਆਈ ਛੋਟੀ ਬੱਚੀ, ਜਦੋਂ ਨਹਾਉਣ ਤੋਂ ਬਾਅਦ ਅੱਗ ਸੇਕ ਰਹੀ ਸੀ ਤਾਂ ਉਹ ਅੱਗ ਕਾਰਨ ਝੁਲਸ ਗਈ। ਤਾਂ ਵੀਰੋ ਇਹ ਵੀ ਖਿਆਲ ਹੈ ਜਿਹੜਾ ਜ਼ਰੂਰ ਰੱਖੋ, ਠੰਡ ਜਿੱਥੇ ਬਹੁਤ ਜ਼ਿਆਦਾ ਪੈ ਰਹੀ ਹੈ ਉੱਥੇ ਆਪਦੀ ਸਿਹਤ ਦਾ ਖਿਆਲ ਰੱਖੋ, ਤਾਂ ਜੋ ਜਿਹੜਾ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਤੋਂ ਬਚਿਆ ਜਾ ਸਕੇ। ਤਾਂ ਅਬੋਹਰ ਕਿੰਨੂ ਮੰਡੀ ਤੋਂ ਲਾਈਵ ਤੁਹਾਨੂੰ ਅੱਜ ਦੇ ਭਾਅ ਦਿਖਾ ਰਹੇ ਹਾਂ। ਜਿੰਨੇ ਵੀਰ ਜੁੜੇ ਆ ਸਾਰਿਆਂ ਦਾ ਧੰਨਵਾਦ, ਵੀਡੀਓ ਸ਼ੇਅਰ ਜ਼ਰੂਰ ਕਰ ਦਿਓ। ਵੀਰੋ ਅੱਜ ਦੇ ਭਾਅ ਇੱਕ ਵਾਰੀ ਫੇਰ ਦੱਸਦਾ, 3-4 ਰੁਪਏ ਤੋਂ ਲੈ ਕੇ ਜਿਹੜਾ ਕਿੰਨੂ ਹੈ ਉਹ 10-11 ਰੁਪਏ ਤੱਕ ਮੰਡੀ ਦੇ ਵਿੱਚ ਵਿਕਿਆ। ਇਹ ਅੱਜ ਦੇ ਜਿਹੜੇ ਭਾਅ ਹੈ 4-3-4 ਰੁਪਏ ਤੋਂ, ਕਿਉਂਕਿ ਛੋਟਾ ਸਾਈਜ਼ ਜਿਹੜਾ 3-4-5 ਰੁਪਏ ਤੱਕ ਵਿਕਦਾ, 6.5 ਰੁਪਏ ਵਾਲਾ ਵੀ ਤੁਹਾਨੂੰ ਲਾਈਵ ਦਿਖਾਇਆ ਸੀ। ਤਾਂ ਜਿਹੜਾ ਰੇਟ ਹੈ ਕਿਤੇ ਨਾ ਕਿਤੇ ਬੜਾ ਘੱਟ ਹੈ ਜਿਹੜਾ ਉਹ ਚੱਲ ਰਿਹਾ। ਸੁਪਰ ਦਾ ਬਾਈ ਅੱਜ ਜਿਹੜਾ 11-11.5 ਰੁਪਏ ਕਿੰਨੂ ਵਿਕਿਆ ਵੀਰੇ, ਰੇਟ ਹੈ ਜਿਹੜਾ ਅੱਜ ਸੁਪਰ ਦਾ ਸੰਦੀਪ ਰਾਜਪੂਤ ਵੀਰ ਜੀ ਉਹ 11.5 ਰੁਪਏ ਮੰਡੀ ਦੇ ਵਿੱਚ ਕਿੰਨੂ ਵਿਕਿਆ। ਤਾਂ ਮੰਡੀ 'ਚ ਜਿਹੜਾ ਕਿੰਨੂ ਦੀ ਆਮਦ ਹੈ ਉਹ ਪਹਿਲਾਂ ਦੇ ਮੁਕਾਬਲੇ ਕਿਤੇ ਨਾ ਕਿਤੇ ਘੱਟ ਜਾਪ ਰਹੀ ਹੈ, ਪਰ ਰੇਟ ਹੈ ਜਿਹੜਾ ਬੜਾ ਡਾਊਨ ਚੱਲ ਰਿਹਾ ਕਿ ਠੰਡ ਕਾਰਨ ਕਹਿੰਦੇ ਜਿਹੜਾ ਅਸਰ ਹੈ ਉਹ ਜ਼ਿਆਦਾ ਪੈ ਰਿਹਾ। ਠੰਡ ਕਾਰਨ ਜਿਹੜਾ ਕਿੰਨੂ ਦੀ ਲਾਗਤ ਹੈ ਉਹ ਗਾਂਹ ਵਾਲੀਆਂ ਮੰਡੀਆਂ 'ਚ ਘੱਟ ਹੈ, ਤਾਂ ਇਸ ਕਰਕੇ ਜਿਹੜਾ 15 ਜਨਵਰੀ ਤੋਂ ਕਿਤੇ ਨਾ ਕਿਤੇ ਉਮੀਦ ਹੈਗੀ ਹੈ ਵੀ ਮੌਸਮ ਜਿਹੜਾ ਥੋੜ੍ਹਾ ਜਿਹਾ ਖੁੱਲੂਗਾ ਤਾਂ ਜਿਹੜਾ ਰੇਟ ਹੈ ਉਹ ਬਣ ਸਕਦਾ। ਫਿਲਹਾਲ ਜਿਹੜਾ ਮਿਡ ਡੇ ਮੀਲ ਵਾਲਾ ਇੱਕ ਫੈਸਲਾ ਜੇ ਹੋ ਜਾਂਦਾ ਹੈ ਤਾਂ ਉਹਦਾ ਜਿਹੜਾ ਕਿਤੇ ਨਾ ਕਿਤੇ ਬਾਗਬਾਨਾਂ ਨੂੰ ਫਾਇਦਾ ਹੋਊਗਾ, ਕਿਉਂਕਿ ਮੁੱਖ ਮੰਤਰੀ ਵੱਲੋਂ ਰੁਚੀ ਵਿਖਾਈ ਗਈ ਹੈ ਇਸ ਮਾਮਲੇ ਦੇ ਵਿੱਚ ਕਿ ਜਿਹੜਾ ਆਪਾਂ ਕਿੰਨੂ ਹੈ ਮਿਡ ਡੇ ਮੀਲ ਦੇ ਵਿੱਚ ਦਿੱਤਾ ਜਾ ਸਕਦਾ ਜਾਂ ਨਹੀਂ, ਇਹਦੇ ਸੰਬੰਧ ਵਿੱਚ ਮੁੱਖ ਮੰਤਰੀ ਨੇ ਫੈਸਲਾ ਲੈਣਾ ਅਤੇ ਉਹਨਾਂ ਨੇ ਰੁਚੀ ਵਿਖਾਈ ਹੈ, ਤਾਂ ਕਿਤੇ ਨਾ ਕਿਤੇ ਆਪਾਂ ਨੂੰ ਆਸ ਹੈ ਵੀ ਉੱਥੇ ਜਿਹੜਾ ਕਿੰਨੂ ਫੈਸਲਾ ਹੋ ਸਕਦਾ। ਅਤੇ ਅੱਜ ਮੰਡੀ ਦੇ ਵਿੱਚ ਜਿਹੜੀ ਕਿੰਨੂ ਹੈ ਉਹਦਾ ਜਿਹੜਾ ਰੇਟ ਹੈ ਉਹ 3-4 ਰੁਪਏ ਤੋਂ ਲੈ ਕੇ, ਕਿਉਂਕਿ ਜਿਹੜਾ ਛੋਟਾ ਸਾਈਜ਼ ਜਾਂ ਗੋਲੀ ਸਾਈਜ਼ ਆਪਾਂ ਕਹਿ ਲਈਏ ਉਹ 3-4 ਰੁਪਏ ਵਿਕਦਾ ਹੈ। ਤਾਂ ਇਸ ਤੋਂ ਇਲਾਵਾ ਜਿਹੜਾ ਜ਼ਿਆਦਾ ਕਿੰਨੂ ਉਹ 7-10 ਰੁਪਏ ਤੱਕ ਮੰਡੀ ਦੇ ਵਿੱਚ ਵਿਕਿਆ। ਅਤੇ ਕਈ ਕਿੰਨੂ ਹੈ ਜਿਹੜਾ ਛੋਟਾ ਹੁਣ ਪਿਛਲੇ ਕਈ ਦਿਨਾਂ ਤੋਂ ਕਹਿੰਦੇ ਉਹ ਘੱਟ ਹੀ ਖਰੀਦਿਆ ਜਾ ਰਿਹਾ, ਕਿਉਂਕਿ ਦਿੱਲੀ ਦੀਆਂ ਮੰਡੀਆਂ ਦੇ ਵਿੱਚ ਜਿਹੜਾ ਮਾਲ ਹੈ ਉਹ ਛੋਟਾ ਮਾਲ ਲਗਭਗ ਉੱਥੇ ਹੀ ਜਾਂਦਾ। ਤਾਂ ਅਬੋਹਰ ਕਿੰਨੂ ਮੰਡੀ ਤੁਸੀਂ ਜੁੜੇ ਹੋਏ ਹੋ, ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਵੀਡੀਓ ਸ਼ੇਅਰ ਕਰਨੀ ਨਾ ਭੁੱਲਿਓ ਵੀਰੋ, ਸ਼ੇਅਰ ਜ਼ਰੂਰ ਕਰ ਦਿਓ। ਜਿਨ੍ਹਾਂ ਨੇ ਚੈਨਲ ਫੋਲੋ ਨਹੀਂ ਕੀਤਾ ਫੇਸਬੁੱਕ 'ਤੇ ਫੋਲੋ ਕਰ ਲਓ, ਯੂਟਿਊਬ 'ਤੇ ਸਬਸਕ੍ਰਾਈਬ ਕਰ ਲਿਓ, ਤਾਂ ਜੋ ਤੁਹਾਡੇ ਤੱਕ ਹਰ ਅਪਡੇਟ ਹਰ ਖਬਰ ਹੈ ਜਿਹੜੀ ਉਹ ਪਹੁੰਚ ਸਕੇ। ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ।